ਸਪੈਸ਼ਲ ਇਲਾਜ ਕਰਵਾਉਣਾ ਸੀਗਾ ਮੈਨੂੰ ਹੱਡੀਆਂ ਦੀ ਪ੍ਰੋਬਲਮ ਸੀ 4 ਸਾਲ ਤੋਂ ਮੈਡੀਸਨ ਖਾ ਰਿਹਾ ਸੀ ਲਗਾਤਾਰ ਹੋਮਿਓਪੈਥਿਕ ਦੀ ਮੈਨੂੰ ਕੋਈ ਫਰਕ ਨਹੀਂ ਪਿਆ ਮੈਂ ਯੂਟਿਊਬ 'ਤੇ ਇਹਨਾਂ ਦਾ ਦੇਖਿਆ ਫਿਰ ਮੈਂ ਇਹਨਾਂ ਨੂੰ ਮਿਲਣ ਆਇਆ ਪ੍ਰੇਸ਼ਨ ਕਰਵਾਇਆ ਉਸ ਤੋਂ ਬਾਅਦ ਹੁਣ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਹੋਮਿਓਪੈਥਿਕ ਦੀ ਮੈਨੂੰ ਕੋਈ ਫਰਕ ਨਹੀਂ ਪਿਆ ਮੈਂ ਯੂਟਿਊਬ 'ਤੇ ਇਹਨਾਂ ਦਾ ਦੇਖਿਆ ਐਡ ਦੇਖੀ ਔਰ ਮੈਂ ਜਸਮੀਤ ਸਿੰਘ ਆਲੂਵਾਲੀਆ ਜੀ ਦਾ ਨੇਚਰ ਦੇਖਿਆ ਵੀ ਬਹੁਤ ਵਧੀਆ ਫਿਰ ਮੈਂ ਇਹਨਾਂ ਨੂੰ ਮਿਲਣ ਆਇਆ ਅਤੇ ਇਹਨਾਂ ਨੇ ਮੈਨੂੰ ਤਸੱਲੀ ਦਿੱਤੀ ਕਿ ਓਪਰੇਸ਼ਨ ਲੈਪਰੋਸਕੋਪੀ ਹੋਏਗਾ ਬਹੁਤ ਮਤਲਬ ਵਧੀਆ ਰਿਹਾ ਓਪਰੇਸ਼ਨ ਓਪਰੇਸ਼ਨ ਕਰਵਾਇਆ ਉਸ ਤੋਂ ਬਾਅਦ ਹੁਣ ਮੈਂ ਬਿਲਕੁਲ ਠੀਕ ਹਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਇਹ ਦੂਸਰੇ ਦਿਨ ਡਿਸਚਾਰਜ ਕਰ ਦਿੱਤਾ ਸੀਗਾ ਓਪਰੇਸ਼ਨ ਦੇ ਵਿੱਚ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਸਟਾਫ ਵੀ ਬਹੁਤ ਵਧੀਆ ਇੱਥੋਂ ਦਾ ਹੋਰ ਵੀ ਕਿਸੇ ਕਿਸਮ ਦੀ ਮੈਨੂੰ ਕੋਈ ਪ੍ਰੋਬਲਮ ਬਿਲਕੁਲ ਮੈਨੂੰ ਸਟਾਫ ਜਿਵੇਂ ਆਪਣੇ ਘਰ ਵਾਂਗੂ ਫੈਮਿਲੀ ਮੈਂਬਰ ਵਾਂਗੂ ਟ੍ਰੀਟ ਕੀਤਾ ਇਹਨਾਂ ਨੇ ਮੈਂ ਇੱਥੋਂ ਇਲਾਜ ਕਰਾ ਕੇ ਬਹੁਤ ਖੁਸ਼ ਹਾਂ ਜੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੂਰਬੀਨ ਦਾ ਲੈਪਰੋਸਕੋਪੀ ਓਪਰੇਟ ਹੋਇਆ ਮੇਰਾ ਔਰ ਮੇਰਾ ਮੈਨੂੰ 3 ਟਾਂਕੇ ਲੱਗੇ ਇੱਥੇ ਇੰਟਰਨਲ 3 ਸਟਿਚਸ ਆਏ ਉਸ ਤੋਂ ਬਾਅਦ ਮਤਲਬ ਮੈਂ ਹੁਣ ਬਿਲਕੁਲ ਠੀਕ ਹਾਂ ਉਹ ਜਿਹੜੇ ਟਾਂਕੇ ਸੀਗੇ ਉਹ ਆਪਣੇ ਆਪ ਹੀ ਖੁੱਲ੍ਹ ਗਏ ਮੇਰੇ ਅਤੇ ਉਹਦੇ ਵਿੱਚ ਉਸ ਤੋਂ ਬਾਅਦ ਮੈਂ ਹੁਣ ਅੱਜ 15 ਦਿਨ ਹੋ ਗਏ ਮੈਨੂੰ ਬਿਲਕੁਲ ਪਤਾ ਨਹੀਂ ਲੱਗਦਾ ਬਿਲਕੁਲ ਮੈਨੂੰ ਪਤਾ ਨਹੀਂ ਲੱਗਿਆ 15 ਦਿਨਾਂ ਦੌਰਾਨ ਵੀ ਮੈਨੂੰ ਕੋਈ ਪਤਾ ਨਹੀਂ ਲੱਗਿਆ ਕਿ ਮੇਰਾ ਓਪਰੇਸ਼ਨ ਹੋਇਆ ਮੈਂ ਇੱਥੋਂ ਇਲਾਜ ਕਰਾ ਕੇ ਬਿਲਕੁਲ ਮਤਲਬ ਕਿ ਬਿਲਕੁਲ ਸਹੀ ਫੀਲ ਕਰ ਰਿਹਾ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ ਇੱਕ ਵਾਰੀ ਡਾਕਟਰ ਸਾਹਿਬ ਨੂੰ ਮਿਲੋ ਆ ਕੇ ਬਹੁਤ ਹੀ ਵਧੀਆ ਰਿਸਪੋਂਸ ਮਿਲਦਾ ਮੈਂ ਅੰਮ੍ਰਿਤਸਰ ਤੋਂ ਸਪੈਸ਼ਲ ਆਇਆ ਇੱਥੇ ਇਲਾਜ ਕਰਾਉਣ ਮੈਨੂੰ ਇਹਨਾਂ 'ਤੇ ਬਿਲਕੁਲ ਭਰੋਸਾ ਸੀਗਾ ਅਤੇ ਇਹਨਾਂ ਨੇ ਮੇਰਾ ਭਰੋਸਾ ਨਹੀਂ ਤੋੜਿਆ ਮੈਂ ਬਿਲਕੁਲ ਮੈਂ ਖੁਸ਼ ਹਾਂ ਇੱਥੇ ਇਲਾਜ ਕਰਾ ਕੇ ਸਟਾਫ ਵੀ ਬਹੁਤ ਵਧੀਆ ਹੈਗਾ